ਪਿਛਲੀਆਂ ਸਰਕਾਰਾਂ ਦੇ ਟਾਈਮ ਇਹ ਵਿਉਂਤਬੰਦੀਆਂ ਬਣਾਈਆਂ ਜਾਂਦੀਆਂ ਸੀ ਕਿ ਪੰਜਾਬ ਦਾ ਖਜ਼ਾਨਾ ਕਿਤਰਾ ਲੁੱਟਣਾ, ਪੰਜਾਬ ਦਾ ਸਰਮਾਇਆ ਕਿਤਰਾ ਲੁੱਟਣਾ। ਲੇਕਿਨ ਪਿਛਲੇ ਕੱਲ ਜਿਸ ਤਰੀਕੇ ਨਾਲ ਸਮਾਣੇ ਦੇ ਪਿੰਡ ਨੈਣ ਖੁਰਦ ਵਿੱਚ ਇੱਕ ਪਰਿਵਾਰ ਨੇ ਆਪਣੀ ਸਰਕਾਰੀ ਜ਼ਮੀਨ ਜਿਹੜੀ ਆ 43 ਕਿੱਲੇ ਜ਼ਮੀਨ ਵਾਪਸ ਪੰਜਾਬ ਸਰਕਾਰ ਨੂੰ ਦਿੱਤੀ ਆ, ਇਹ ਆਪਣੇ ਆਪ ਚ ਬਹੁਤ ਵੱਡੀ ਪਹਿਲ ਕਦਮੀ ਆ। ਔਰ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਵੀ ਉਸ ਪਰਿਵਾਰ ਨੂੰ ਜਿੱਥੇ ਕਣਕ ਭੇਜੀ ਗਈ ਉੱਥੇ ਮੰਤਰੀ ਸਾਹਿਬ ਵੱਲੋਂ ਉੱਥੇ ਅਰਦਾਸ ਕੀਤੀ ਗਈ ਉਸ ਪਰਿਵਾਰ ਦੀ ਚੜ੍ਹਦੀ। ਪੰਜਾਬ ਨੂੰ ਇਸ ਤਰੀਕੇ ਦੇ ਬਦਲਾਵ ਦੀ ਲੋੜ ਹੈ। ਅਸੀਂ ਸਾਰੇ ਪੰਜਾਬੀਆਂ ਨੇ ਮਿਲ ਕੇ ਮਾਨ ਸਾਹਿਬ ਦੀ ਅਗਵਾਈ ਚ ਪੰਜਾਬ ਦਾ ਆਰਥਿਕ ਔਰ ਸਮਾਜਿਕ ਬਦਲਾਵ ਇਸੇ ਤਰੀਕੇ ਨਾਲ ਲੈ ਕੇ ਜਾਣਾ। ਜਿਹੜੇ ਸਵਾਲ ਉਠਾਉਂਦੇ ਸੀ ਆਮ ਆਦਮੀ ਪਾਰਟੀ ਤੇ, ਉਹ ਇਸ ਗੈਸਚਰ ਤੋਂ, ਇਸ ਬਦਲਾਵ ਤੋਂ ਜ਼ਰੂਰ ਜਿਹੜਾ ਆ ਉਹਨਾਂ ਦੇ ਮੂੰਹ ਬੰਦ।